ਰਿਲ ਏਕ ਕੁਫਰੀਆ ਬੀਜ ਰਾਵ ਕੋ ਰਾਖਿਓ ਹੋਏ ਬਚਨ ਮੂਰਖ ਸੋ ਇਹ ਵਿਧੀ ਭਾਖਿਓ। ਇਹ ਕੋਠੜੀ ਦੇ ਵਿੱਚ ਉਹਨੂੰ ਕਹਿਤਾ ਵੀ ਤੂੰ ਕੋਠੜੀਆਂ ਹੁੰਦੀਆਂ ਨਾ ਘਰਾਂ 'ਚ, ਉਹਨੂੰ ਕਹਿਤਾ ਵੀ ਤੂੰ ਕੋਠੜੀ 'ਚ ਵੜ ਜਾ, ਉੱਥੇ ਕਿਹੜਾ ਲਾਈਟਾਂ ਸੀਗੀਆਂ, ਔਰ ਅੰਦਰ ਕੋਠੜੀਆਂ ਨੂੰ ਫੜਕਦੀ ਸੀ ਹੁੰਦੇ ਘਰਾਂ 'ਚ ਕੱਚਿਆਂ 'ਚ। ਉਹ ਕਹਿੰਦੇ ਸਾਈਡ 'ਤੇ ਖੜ ਗਿਆ, ਪਾਥੀਆਂ ਨੂੰ ਕੋਠੜੀਆਂ ਹੁੰਦੀਆਂ ਸੀ ਰੱਖੀਆਂ ਹੋਈਆਂ ਘਰਾਂ 'ਚ, ਤੂੜੀ ਨੂੰ ਕੋਠੜੀਆਂ ਹੁੰਦੀਆਂ ਸੀ, ਉਹਨੂੰ ਕੋਠੜੀ 'ਚ ਵੜਤਾ। ਰੋਏ ਬਚਨ ਮੂਰਖ ਸੋ ਇਹ ਵਿਧੀ ਭਾਖਿਓ, ਗਾਂ ਰੋਣ ਲੱਗ ਗਈ ਜਦੋਂ ਆਇਆ ਨਾ ਘਰ, ਘਰ ਵਾਲਾ ਜੱਟ ਉਹਦੇ ਸਾਹਮਣੇ ਰੋਣ ਲੱਗ ਗਈ ਉੱਚੀ ਉੱਚੀ। ਤੇ ਡਰੱਬ ਸਭ ਤੋਂ ਬੜਾ ਚਲਿੱਤਰ ਹੈ ਰੋਣ ਵਾਲਾ, ਆਦਮੀ ਨਹੀਂ ਰੋ ਸਕਦਾ, ਗੱਲਾਂ ਕਰਦੀਆਂ ਜਾਣਗੀਆਂ ਇੱਕਦਮ ਰੋਣ ਲੱਗ ਜਾਂਦੀਆਂ ਔਰਤਾਂ, ਕਿਤੇ ਮਖਾਣ ਜਾਣਗੀਆਂ ਨਾ, ਤੁਸੀਂ ਰੋ ਕੇ ਦਿਖਾਓ, ਰੋ ਆਦਮੀ ਨਹੀਂ ਰੋ ਸਕਦਾ। ਇਹ ਆਦਮੀ ਦੇ ਬਸ ਦੀ ਗੱਲ ਨਹੀਂ ਹੈ, ਰੋਣਾ ਬਹੁਤ ਔਖਾ ਹੈ, ਰੋਣਾ ਆਦਮੀ ਵਾਸਤੇ ਰੋਣਾ ਬਹੁਤ ਔਖਾ, ਇਹਨਾਂ ਨੂੰ ਬੜਾ ਸੌਖਾ ਰੋਣਾ। ਰੋਣ ਲੱਗੀ ਉੱਚੀ ਉੱਚੀ, ਹਾਂ ਇਹ ਕਿਹਾ ਰੋਕ ਕੇ, ਕੀ ਕਿਹਾ ਰੋਕ ਕੇ, ਰਹਿਣ ਸਮੇਂ ਇੱਕ ਬੁਰੋ ਸੁਪਨ ਮੈਂ ਆਇਓ। ਕਹਿੰਦੀ ਰਾਤ ਉਹਨੇ ਇੱਕ ਬਹੁਤ ਬੁਰਾ ਸੁਪਨਾ ਆਇਆ, ਤਾਂ ਉਹਨੂੰ ਪੁੱਛਿਆ ਉੱਲੂ ਦੇ ਪੱਠੇ ਨੂੰ, ਜੇ ਰਾਤ ਸੁਪਨਾ ਆਇਆ ਤਾਂ ਸੁਬਾਹ ਹੀ ਕਿਉਂ ਦੱਸਿਆ ਨੇ, ਹੁਣ ਆ ਜਾ ਗਿਆ ਸੁਪਨਾ। ਜੇ ਦਿਮਾਗ ਹੁੰਦਾ ਤਾਂ ਕਹਿੰਦਾ ਇਹ ਗੱਲ, ਸਵੇਰੇ ਕਿਉਂ ਦੱਸਿਆ, ਸਵੇਰੇ ਹੀ ਦੱਸ ਅੱਬਲ ਤਾਂ ਸੁਪਨੇ ਦੇ, ਜਦ ਰਾਤ ਨੂੰ ਡਰੀ ਹੈ ਜਦੇ ਉੱਠ ਜਾਂਦੀ ਸੁਪਨਾ, ਜਦੇ ਠਾਲ ਦਿੰਦਾ। ਰਾਤ ਦੇ ਸਮੇਂ ਮੈਨੂੰ ਇੱਕ ਬਹੁਤ ਡਰਾਉਣਾ ਸੁਪਨਾ, ਗਲਤ ਸੁਪਨਾ ਆਇਆ। ਕੀ ਆਇਆ? ਉਹ ਜਾਣਕ ਤੋਕੋ ਸਿਆਮ ਭਜੰਗ ਚਬਾਇਓ, ਜਾਣੀ ਤੈਨੂੰ ਕੋਈ ਕਾਲਾ ਨਾ ਖਾ ਰਿਹਾ ਵੱਡ ਵੱਡ ਕੇ, ਐ ਤੈਨੂੰ ਤੋੜ ਰਿਹਾ, ਬੁਰਕੀ ਨੂੰ ਖਾਈ ਜਾਂਦਾ ਤੋੜ ਰਿਹਾ। ਸੱਪ ਮਾਂਸਾਹਾਰੀ ਹੈ ਨਾ, ਸੱਪ ਮਾਂਸਾਹਾਰੀ ਹੁੰਦੇ ਨੇ, ਤੈਨੂੰ ਖਾ ਰਿਹਾ ਉਹ। ਦੋਹਰਾ ਤਾਤੇ ਮੈਂ ਆਪਣੇ ਸਦਨ ਦਿਜਵਰ ਲਿਓ ਬੁਲਾਏ, ਤਾਂ ਫਿਰ ਮੈਂ ਕੀਤਾ ਅੱਜ, ਫਿਰ ਮੈਂ ਪੰਡਿਤ ਬੁਲਾਏ ਦਿਜ, ਵੀ ਮੈਨੂੰ ਰਾਤ ਆ ਸੁਪਨਾ ਆਇਆ, ਤੁਸੀਂ ਦੱਸੋ ਵੀ ਇਹ ਮੈਂ ਇਹਦਾ ਉਪਾਅ ਕੀ ਕਰਾਂ, ਸਾਡੇ 'ਤੇ ਕੋਈ ਕਸ਼ਟ ਆਉਣ ਵਾਲਾ, ਸੱਪ ਦਾ ਕੱਟਣਾ ਬੁਰਾ ਹੁੰਦਾ। ਉਹਨੇ ਮੈਨੂੰ ਇਹ ਗੱਲ ਸਮਝਾਈ ਸਾਰੀ ਵੀ ਤੂੰ ਇਹ ਸੁਪਨਾ ਮਾੜਾ ਹੈ, ਪਰ ਸੁਪਨੇ ਦਾ ਇਲਾਜ ਕੀ ਹੈ, ਉਹਨੇ ਮੈਨੂੰ ਉਹਦਾ ਭੇਦ ਦੱਸਿਆ। ਜੋ ਕੋ ਨਾਰੀ ਪਤੀਵਰਤਾ ਜਾਪ ਜਪੇ ਹਿਤ ਲਾਏ, ਜੇ ਕੋਈ ਪਤੀਵਰਤਾ ਨਾਰ ਹਿਤ ਲਾ ਕੇ ਪੂਰੇ ਤਨ ਮਨ, ਮਤਲਬ ਹੈ ਇੱਕ ਮਨ ਇੱਕ ਚਿੱਤ ਹੋ ਕੇ, ਯਾਨੀ ਹਿੱਤ ਹੋਵੇ ਤੇਰੇ ਬਚਾਉਣ ਦਾ, ਹਿੱਤ ਹੋਵੇ ਉਹਨੂੰ ਵੀ ਤੂੰ ਨਾ ਮਰੇ, ਅਸਲ 'ਚ ਉਹ ਨਾਗ ਤੇਰੀ ਮੌਤ ਸੀ, ਉਹ ਸੰਕੇਤ ਕਰਦਾ ਵੀ ਤੈਂ ਬਚਣਾ ਨਹੀਂ, ਹੁਣ ਮਰੇ ਚਾਹੇ ਕਿਵੇਂ ਤੇਰਾ ਬਚਣਾ ਹੁਣ ਮੁਸ਼ਕਲ ਹੈ। ਉਹ ਨਾਗ ਕਾਲ ਸੀ, ਕਾਲ ਦਾ ਰੂਪ ਹੁੰਦਾ ਨਾਗ, ਸ਼ਿਵਜੀ ਦੇ ਗਲ ਤਾਂ ਹੀ ਅਕਾਲ ਹੈ ਨਾ, ਸ਼ਿਵਜੀ ਦੇ ਗਲ 'ਤੇ ਨਾਗ ਕਿਉਂ ਹੈ, ਸੱਪ ਕਿਉਂ ਹੈ, ਕਾਲ ਦਾ ਰੂਪ ਹੈ ਉਹ। ਅਕਸ ਮਾਤਰ ਪਰ ਉਹ ਕਹਿੰਦੇ ਬਈ ਜਿਹੜਾ ਜਿਹਦਾ ਤੇਰੇ ਨਾਲ ਹਿੱਤ ਹੋਵੇ, ਦੁਨੀਆਂ ਦੇ ਸਾਰੇ ਹਿੱਤਾਂ ਨਾਲੋਂ ਜ਼ਿਆਦਾ ਹਿੱਤ ਤੇਰੇ ਨਾਲ ਹੋਵੇ,
ਉਹ ਹਿੱਤਾ ਇਹਦਾ ਹੀ ਆ, ਹੋਰ ਦੂਏ ਦਾ ਕਿਵੇਂ ਹੋਜੂ, ਦੂਈ ਔਰਤ ਦਾ ਤੇਰੇ ਇਹਦੇ ਨਾਲ ਹਿੱਤ ਕਿਵੇਂ ਹੋਜੂਗਾ? ਪਤੀਵਰਤਾ ਦਾ ਹੋਊ ਆਪਣੇ ਆਦਮੀ ਨਾਲ ਹੋਊਗਾ, ਇਹਦੇ ਨਾਲ ਹੋਜੂਗਾ? ਦੇਖੋ ਪੁਆਇੰਟ ਕਿਹੜਾ ਵਰਤਿਆ, ਜੋ ਕਹੂ ਨਾਲ ਪਤੀਵਰਤਾ, ਪਤੀਵਰਤਾ ਪਤੀਵਰਤਾ ਦੂਈ ਕਿਵੇਂ ਆਜੂਗੀ ਵਿੱਚ? ਜੇ ਤੇਰੇ ਨਾਲ ਹਿੱਤਾ ਤਾਂ ਪਤੀਵਰਤਾ ਨਹੀਂ ਰਹੀ ਉਹ। ਇਹ ਪੁਆਇੰਟ ਆ ਬੜਾ ਜ਼ਬਰਦਸਤ, ਪਤੀਵਰਤਾ ਲਫ਼ਜ਼ ਵਰਤਾ, ਜੇ ਇਕੱਲੀ ਨਾਰ ਹੁੰਦੀ ਕੋਈ ਵੀ ਆ ਜਾਂਦੀ, ਜੇ ਪਤੀਵਰਤਾ ਤਾਂ ਆਪ ਹੀ ਆਊਗੀ, ਫਿਰ ਨਹੀਂ ਕੋਈ ਆ ਸਕਦੀ। ਜੋ ਕਹੂ ਨਾਰ ਪਤੀਵਰਤਾ, ਕੋਈ ਨਾਰ ਹੋਵੇ ਚਾਹੇ, ਉਹ ਤਾਂ ਪਹਿਲਾਂ ਤਾਂ ਇਹ ਕਹਿਤਾ, ਦੂਜੀ ਹੋਵੇ ਪਤੀਵਰਤਾ। ਹੁਣ ਪਤੀਵਰਤਾ ਦੀ ਡਿਗਰੀ ਆਪਣੇ ਆਪ ਨੂੰ ਲੈਣੀ ਹੈ, ਸਾਬਤ ਕਰਨਾ ਮੈਂ ਪਤੀਵਰਤਾ ਮੂਰਖ ਨੂੰ ਹੈ ਕੀ, ਰਾਜੇ ਨੂੰ ਦੱਸ ਰਿਹਾ, ਪਤਾ ਰਾਜਾ ਇੱਥੇ ਖੜਾ, ਮੰਤਰੀ ਦੱਸ ਰਿਹਾ, ਜੱਟ ਦੀ ਔਰਤ ਕੀ ਹੈ, ਦੂਆ ਬੰਦਾ ਅੰਦਰੇ ਹੈ ਜੋ ਉਹ ਉਹਦੇ ਅੰਦਰ ਹੈ, ਆ ਮੁੰਡਾ ਤੇਰਾ ਤੇਰੀ ਰਾਣੀ ਦੇ ਅੰਦਰ ਹੈ, ਉਹ ਤਾਂ ਕੋਠੜੀ ਚ ਹੈ ਪਰ ਉਹਦੇ ਹਿਰਦੇ ਚ ਹੈ ਵਸਿਆ ਹੋਇਆ, ਹੁਣ ਵੀ ਕੋਠੜੀ ਦੀ ਕੋਠੜੀ ਕਿੱਥੇ ਬੈਠੀ ਹੈ, ਕਿੱਥੇ ਮਾਰਦਾ ਚੱਕ ਚੱਕ ਕੇ ਤੀਰ, ਐਨ ਡਾਇਰੈਕਟ ਇਹਦੇ ਨਾਲ ਮਿਲਦਾ, ਐਵੇਂ ਮਿਲਦਾ ਇਹ ਚਰਿੱਤਰ, ਐਵੇਂ ਨਹੀਂ ਮਿਲਦੇ ਚਰਿੱਤਰ, ਜੇ ਹੁਣ ਵੀ ਨਾ ਰਾਜਾ ਸਮਝੂ ਨਾ ਸਮਝੇ ਤਾਂ ਅਨਾੜੀ ਹੈ। ਹੁਣ ਚਰਿੱਤਰ ਜਿਨ੍ਹਾਂ ਨੇ ਪੜ੍ਹੇ ਨੇ ਸਮਝੇ ਨੇ, ਉਹ ਐਂ ਅਰਥ ਕਰਦੇ ਸੀ ਸਿੰਘ, ਇਹੀ ਗੁਰੂ ਸਾਹਿਬ ਅਰਥ ਕਰਕੇ ਦਿਖਾਉਂਦੇ ਨੇ। ਕਿਹੜੀ ਕਹਾਣੀ ਦੂਜੇ ਦਿਨ ਚੱਕਣੀ ਹੈ, ਕਿਵੇਂ ਕਿਵੇਂ ਬਾਦਸ਼ਾਹ ਦੇ ਰਾਜੇ ਦੇ ਨੇੜੇ ਗੱਲ ਲਿਆਈ ਜਾਣੀ ਹੈ, ਔਰ ਉਹਨੂੰ ਜਗਾਉਣਾ ਜਗਾਉਣਾ। ਹਾਂਜੀ, ਪਤੀਵਰਤਾ ਜਾਪ ਜਪੇ ਹਿਤ ਲਾਏ, ਜਾਪ ਜਪੇ ਹਿਤ ਲਾਏ, ਹਿਤ ਲਾ ਕੇ ਜਾਪ ਕਰੇ, ਤੇਰੀ ਜਿਹੜੀ ਹੈ ਪ੍ਰਾਣ ਰਕਸ਼ਾ ਦੀ ਭੀਖ ਮੰਗੇ, ਇਹ ਜਾਪ ਜਪੇ, ਤੇਰੀ ਲੰਬੀ ਉਮਰ ਹੋਣੀ ਚਾਹੀਦੀ ਹੈ, ਤੇਰੀ ਮੌਤ ਨਹੀਂ ਹੋਣੀ ਚਾਹੀਦੀ। ਹਿਤ ਨਾਲ ਜਪੇ, ਅੰਦਰੋਂ ਜਪੇ, ਹਿਤਾਂ ਮਤਲਬ ਅੰਦਰੋਂ ਜਪੇ, ਅੰਤਰਾਤਮਾ ਦੀ ਆਵਾਜ਼ ਹੋਵੇ ਉਹਦੀ। ਉਹਦੇ ਰਿਜ਼ਲਟ ਵਜੋਂ ਸ਼ਕਤੀ ਨਾਲ, ਉਹਦੀ ਸ਼ਕਤੀ ਨਾਲ ਕੋਈ ਰਾਜਾ ਪ੍ਰਗਟ ਹੋਊਗਾ ਅੰਦਰ ਪੈਦਾ ਆਪੇ, ਜਿਵੇਂ ਕੋਈ ਦਿਓ ਪ੍ਰਗਟ ਹੋ ਜਾਂਦਾ ਅੰਦਰੋਂ, ਅੰਦਰ ਇੱਕ ਰਾਜਾ ਪ੍ਰਗਟ ਹੋਜੂ ਸਾਡੇ ਘਰ 'ਚ, ਕੋਈ ਰਾਜਾ ਤਾਂ ਪਹਿਲਾਂ ਹੀ ਬੈਠਾ ਅੰਦਰ। ਜੋ ਤੁਮਰੇ ਸਿਰ ਜਾਏ ਧਰ ਪੁਰਖ ਪਾਵ ਵਡਭਾਗ, ਜੇ ਤੇਰੇ ਸਿਰ ਤੇ ਪੈਰ ਧਰ ਕੇ ਲੰਘਿਆ ਨਾ ਹੋ, ਫਿਰ ਸਮਝਦਾ ਤੂੰ ਬਚ ਗਿਆ, ਫਿਰ ਵੱਡੇ ਭਾਗ ਨੇ, ਫਿਰ ਨਹੀਂ ਮਰਦਾ। ਕਿੱਥੇ ਲਿਆ ਕੇ ਕਹਾਣੀ, ਔਰਤ ਦਾ ਦਿਮਾਗ ਦੇਖੋ ਕਿੱਡਾ, ਇਹ ਦਿਮਾਗ ਦੀ ਐਕਸਰਸਾਈਜ਼ ਵੀ ਹੈ ਸਾਡੀ। ਜੇ ਤੁਸੀਂ ਇਹਨਾਂ ਚਰਿੱਤਰ ਨੂੰ ਪੜ੍ਹ ਲਓਗੇ ਤਾਂ ਗੁਰਬਾਣੀ ਸਮਝ ਆਜੂਗੀ ਉਹ ਤੁਹਾਡੇ, ਕਿਉਂਕਿ ਐਕਸਰਸਾਈਜ਼ ਹੈ ਦਿਮਾਗ ਦੀ, ਇਹ ਬ੍ਰੇਨ ਦੀ ਐਕਸਰਸਾਈਜ਼ ਹੈ। ਔਰਤ ਨੇ ਕਿੱਥੋਂ ਚੱਕੀ ਗੱਲ, ਕਿੱਥੇ ਲਿਆ ਕੇ ਖਤਮ ਕੀਤੀ,
ਆਪੇ ਬੁੱਝਣ ਦੀਆਂ ਗੱਲਾਂ ਨੇ। ਜੇ ਉਹ ਤੇਰੇ ਸਿਰ 'ਤੇ ਪੈਰ ਧਰ ਕੇ ਲੰਘੇ ਫਿਰ ਬਚਣਾ, ਜੇ ਸਿਰ 'ਤੇ ਨਾ ਧਰਿਆ ਫਿਰ ਹੀ ਬਚਣਾ। ਤਾਂ ਉਹਨੇ ਤਾਂ ਸੱਚ ਮੰਨ ਲਿਆ, ਬੁੱਧੀਹੀਨ ਸੀ ਨਾ, ਬੁੱਧੀਹੀਨ ਨੇ ਸੱਚ ਮੰਨ ਲਿਆ। ਕੋਈ ਕਰਮੀ ਔਰਤ ਹੈ, ਦੁਰਾਚਾਰਣੀ ਔਰਤ ਦਾ ਝੂਠ ਬੋਲਿਆ, ਸੱਚ ਮੰਨ ਲਿਆ। ਉਹ ਮੂਰਖ ਨੇ, ਜੱਟ ਨੇ, ਉਹ ਜੱਟ ਵਰਗਾ ਹੀ ਤੂੰ ਮੂਰਖ। ਕੱਲ ਆ ਤੂੰ ਜਜਮੈਂਟ ਨਹੀਂ ਕਰ ਸਕਿਆ ਵੀ ਕਰਮੀ ਔਰਤ ਹੈ, ਹੋ ਸਕਦੀ ਹੈ ਇਹ। ਉਹ ਤਾਂ ਸ਼ੱਕ ਨਹੀਂ ਕਰਦਾ, ਮੁੰਡੇ 'ਤੇ ਸ਼ੱਕ ਕਰੀ ਜਾਂਦਾ, ਕਿਵੇਂ ਅਕਸਮਾਲ ਕਿਵੇਂ ਪ੍ਰਗਟ ਹੋ ਜੂਗਾ ਅੰਦਰੋਂ, ਇਹ ਤਾਂ ਸੋਚ ਲੈਂਦਾ। ਐਡੀ ਕਿਹੜੀ ਕਲਾ ਵਾਲੀ ਹੈ ਇਹ, ਜੇ ਸੁਪਨਾ ਆਉਂਦਾ ਤਾਂ ਸੁਬਾ ਹੀ ਕਿਉਂ ਨਹੀਂ ਇਹਨੇ ਮੈਨੂੰ ਦੱਸਿਆ, ਅਤੇ ਹੁਣ ਹੁਣੇ ਸ਼ਾਮ ਨੂੰ ਕਾਹਦੇ ਦੱਸਦੀ ਹੈ ਹੁਣ ਆਏ ਨੂੰ, ਹੁਣ ਯਾਦ ਆ ਗਿਆ, ਗੱਲ ਕੀ ਹੈ ਇਹ, ਜੇ ਕਰਾਮਾਤ ਕਿੱਥੋਂ ਆ ਗਈ, ਕਿਹੜੇ ਪੰਡਿਤ ਨੇ ਇਹਨੂੰ ਗੱਲ ਦੱਸੀ, ਪੰਡਿਤ ਨੂੰ ਬੁਲਾ ਲੈਂਦਾ, ਲੈ ਵੀ ਦੱਸ ਮੈਨੂੰ। ਬੁੱਧੀਹੀਨ ਹੈ ਨਾ, ਕਿਉਂਕਿ ਉਹਦਾ ਸੱਚ ਮੰਨ ਲਿਆ, ਬਾਕੀ ਦੁਨੀਆ ਜੋ ਮਰਜ਼ੀ ਕਹੀ ਜਾਵੇ ਮੈਂ ਕਿਸੇ ਦਾ ਨਹੀਂ ਮੰਨਦਾ। ਹੁਣ ਤੇਰਾ ਤਾਂ ਫਿਰ ਤੈਨੂੰ ਜਿੱਥੇ ਮਰਜ਼ੀ ਲਿਆ ਕੇ ਮਾਰ ਦੇਵੇ, ਔਰਤ ਅੱਜ ਨਹੀਂ ਅੱਜ ਦਾ ਮੁੰਡਾ ਮਾਰੂ ਫਿਰ ਤੈਨੂੰ ਵੀ ਮਾਰੂਗੀ। ਅੱਜ ਤਾਂ ਮੁੰਡਾ ਮਾਰਤਾ, ਕੱਲ ਨੂੰ ਤੈਨੂੰ ਵੀ ਮਾਰ ਦੂ ਜੇ ਤੂੰ ਉੱਥੇ ਵਿਸ਼ਵਾਸ ਕਰਦਾ। ਹਾਂ ਜੇ ਤੂੰ ਉਹਦੀ ਹਰ ਗੱਲ 'ਤੇ ਵਿਸ਼ਵਾਸ ਕਰਦਾ, ਤੈਨੂੰ ਤਾਂ ਜਿੱਥੇ ਮਰਜ਼ੀ ਲਿਆ ਕੇ ਮਾਰ ਦੇਵੇ ਫਿਰ, ਉਹ ਤੂੰ ਤਾਂ ਉਹਦਾ ਵਿਸ਼ਵਾਸ ਕਰਦਾ, ਸੰਸਾਰ ਦਾ ਬਾਕੀ ਤਾਂ ਕਿਸੇ ਤਾਂ ਕਰਦਾ ਨਹੀਂ। ਮੰਤਰੀ ਦੀ ਸਲਾਹ ਨਹੀਂ ਮੰਨ ਰਿਹਾ, ਮੰਤਰੀ ਸਮਝਾ ਰਹੇ ਨੇ, ਉਹਨਾਂ ਦੀ ਸੁਣ ਨਹੀਂ ਰਿਹਾ, ਫਿਰ ਤੂੰ ਤਾਂ ਮਰਿਆ ਹੀ ਮਰਿਆ ਹੋਇਆ ਉਹਦੇ ਹੱਥੋਂ ਔਰਤ, ਜੇ ਮੈਂ ਮਰਜ਼ੀ ਮਰਵਾ ਦੇਵੇ ਤੈਨੂੰ। ਉਹ ਜੱਟ ਨਾ ਵਾਧਾ ਕੱਲੀ ਹੈ ਤੇਰੇ 'ਚ ਕਹਿ ਰਿਹਾ ਇਹ ਮੂਰਖ, ਜੱਟ ਜੱਟ ਵੀ ਮੂਰਖ ਹੈ, ਜੱਟਾਂ 'ਚੋਂ ਵੀ ਮੂਰਖ ਹੈ ਉਹ ਸਾਰਿਆਂ 'ਚੋਂ। ਵਧੂ ਕਾਹਦੇ ਲਿਖਿਆ ਤੂੰ ਹੀ ਸੀ, ਜੱਟ ਦੀ ਵਧੂ ਸੀ ਉਹ, ਔਰਤ ਵਧੂ ਕਿਸੇ ਦੀ ਜਵਾਨ ਦੀ ਸੀ, ਤੈਂ ਕਾਹਦੇ ਵਿਆਹ ਜੋ ਹੋਵੇ। ਉਹ ਤਾਂ ਕਦੇ ਉਹਦੇ ਬਰਾਬਰ ਦੇ ਮੁੰਡੇ ਦੀ ਵਧੂ ਸੀ, ਬਣਨਾ ਕਿਸੇ ਦੀ ਉਹ ਸੀ, ਉਹਦੇ ਪੁੱਛ ਉਹਦੇ ਅੰਦਰ ਕੀ ਲਿਖਿਆ ਹੋਇਆ, ਵਧੂ ਕਿਹਦੀ ਸੀ, ਉਹਦੇ ਕਦੇ ਉਹਦੇ ਅੰਦਰ ਕਦੇ ਖਿਆਲ ਆਇਆ ਸੀ ਵਧੂ ਹੈ ਜਿੱਥੇ ਵੱਜ ਜਾਵੇ ਉਹ, ਜੇ ਉਹਦੇ ਮਨ ਦੀ ਇੱਛਾ ਹੋਵੇ ਉਹੀ ਵਧੂ ਹੁੰਦੀ ਹੈ, ਜਿੱਥੇ ਵੱਜੀ ਹੁੰਦੀ ਹੈ ਜੇ ਉਹਦੀ ਇੱਛਾ ਹੁੰਦੀ ਹੈ ਉਹਨੂੰ ਵਧੂ ਕਹਿੰਦੇ ਨੇ। ਉਹਦੇ ਅੰਦਰ ਇੱਛਾ ਸੀ ਕਿਸੇ ਬੁੜੇ ਆਦਮੀ ਨੂੰ ਉਹਦੇ ਬਾਪ ਨੂੰ ਵੀ ਬੜੇ ਨਾਲ ਵਿਆਹ ਕਰਾਉਣ ਦੀ, ਉਹਦਾ ਬਾਪ ਮੈਦਾਨ 'ਚ ਲੜ ਕੇ ਮਰਿਆ, ਤੂੰ ਪਿੱਛੇ ਖੜਾ ਸੀ, ਤੇਰਾ ਮੁੰਡਾ ਮੂਹਰੇ ਸੀ, ਇਹਦਾ ਮਤਲਬ ਉਹਦੇ ਬਾਪ ਨੂੰ ਬੜਾ ਤੂੰ। ਉਹਦਾ ਬਾਪ ਮੈਦਾਨ 'ਚ ਲੜ ਕੇ ਮਰਿਆ, ਤੂੰ ਪਿੱਛੇ ਖੜਾ ਸੀ, ਮੁੰਡਾ ਤੇਰਾ ਮੂਹਰੇ ਸੀ, ਤੇਰਾ ਤਾਂ ਜਵਾਨ ਇਹਦਾ ਬਾਪ ਸੀ, ਤੈਨੂੰ ਕੁਛ ਨਹੀਂ ਪਤਾ ਤੂੰ ਕੀ ਕਰਦਾ। ਆ ਸਿੱਖਿਆ ਇਹਦੇ ਵਿੱਚ, ਆ ਸਿੱਖਿਆ ਦੱਸੋ ਹੋਰ ਕਿਹੜੀ ਸਿੱਖਿਆ, ਇਹ ਸਿੱਖਿਆ ਨਹੀਂ ਤਾਂ ਜੇ ਉਹਨਾਂ ਨੇ ਦੂਈ ਲੈਣੀ ਉਹਨਾਂ ਦੀ ਬੁੱਧੀ ਖਰਾਬ ਹੈ, ਜਿਹਨੇ ਹੋਰ ਸਿੱਖਿਆ ਲੈਣੀ ਇਹ ਤੋਂ ਇਹ ਚਰਿੱਤਰ 'ਚੋਂ ਉਹਦੀ ਆਪਣੀ ਬੁੱਧੀ ਖਰਾਬ ਹੈ। ਦੂਈ ਦੱਸੋ ਕੀ ਸਿੱਖਿਆ ਮੈਨੂੰ,
ਇਹਦਾ ਫਿਰ ਰਾਜੇ ਵਰਗੇ ਬਣਨ ਦੀ ਸਿੱਖਿਆ ਚ ਅਜਿਹੀ ਜੀ ਔਰਤ ਹੈ ਰਾਜੇ ਦੀ, ਉਹਦੇ ਵਰਗੀ ਬਣਨ ਦੀ ਇੱਛਾ ਉਹਨਾਂ ਦੀ, ਜਾਂ ਫਿਰ ਆ ਜਾਟ ਦੀ ਜਿਹੜੀ ਜੱਟ ਦੀ ਔਰਤ ਹੈ ਇਹਦੇ ਵਰਗੇ ਬਣਨ ਦੀ ਇੱਛਾ ਹੋ ਸਕਦੀ ਹੈ ਕਿਸੇ ਦੀ, ਜਿਹਦੀ ਇੱਛਾ ਇਹੋ ਜਿਹੀ ਆ ਉਹ ਫਿਰ ਜੱਟ ਵਰਗੀ ਅਕਲ ਹੈ ਉਹਦੀ, ਉਹਦੀ ਅਕਲ ਵੀ ਜੱਟ ਵਰਗੀ ਉਹ ਹੈ, ਉਹ ਰਾਜੇ ਵਰਗੇ ਜੱਟ ਵਰਗੀ ਅਕਲ ਹੋਊ ਫਿਰ ਉਹਦੀ। ਜਿਹੜਾ ਮੰਤਰੀ ਸੁਣਾ ਰਿਹਾ, ਮੰਤਰੀ ਵਰਗਾ ਬਣਨ ਦੀ ਕਿਉਂ ਨਹੀਂ ਇੱਛਾ ਤੁਹਾਡੀ? ਮੰਤਰੀ ਦੇ ਜਿਹੜਾ ਦਿਮਾਗ ਹੈ, ਜਿਹੜਾ ਸੁਣਾ ਰਿਹਾ ਕਹਾਣੀ, ਮੂਰਖ ਨੂੰ ਪੜ੍ਹਾ ਰਿਹਾ, ਟੀਚਰ ਬਣਿਆ ਹੋਇਆ, ਗੁਰੂ ਬਣਿਆ ਹੋਇਆ, ਗੁਰੂ ਕੌਣ ਹੈ? ਮੰਤਰੀ। ਉਹ ਅਸੀਂ ਮੰਤਰੀ ਗੁਰੂ ਨਾਲ ਜੁੜਨਾ ਕਿ ਅਸੀਂ ਰਾਜੇ ਨਾਲ ਜੁੜਨਾ? ਅਤੇ ਆਦਿ ਬਾਣੀ 'ਚ ਵੀ ਲਿਖਿਆ ਹੈ, ਰਾਜੇ ਸੀ ਮੁਕੱਦਮ ਕੁੱਤੇ। ਹੁਣ ਤੁਸੀਂ ਕੁੱਤੇ ਬਣਨਾ, ਸੀ ਬਣਨਾ? ਸੀ ਬਣਨਾ, ਕੁੱਤੇ ਬਣਨਾ, ਕੋਈ ਗੁਰੂ ਨਾਲ ਜੁੜਨਾ? ਗੁਰੂ ਤਾਂ ਕਹਿ ਰਿਹਾ ਨਾ, ਪਰਮੇਸ਼ਰ ਤਾਂ ਕਹਿ ਰਿਹਾ ਨਾ, ਔਰ ਕਹਾ ਰਿਹਾ ਸਤਿਗੁਰ ਤੇ, ਕਹਿ ਤਾਂ ਪਰਮੇਸ਼ਰ ਹੈ, ਗੁਰੂ ਸਤਿਗੁਰ ਤੇ ਕਹਾ ਰਿਹਾ। ਰਾਜੇ ਸੀ ਮੁਕੱਦਮ ਕੁੱਤੇ, ਹੁਣ ਕੁੱਤੇ ਬਣਨਾ? ਰਾਜੇ ਸੀ ਬਣਨਾ, ਹੁਣ ਦੱਸੋ ਇੱਥੇ ਕੀ ਬਣਨਾ? ਸਿੱਖਿਆ ਤਾਂ ਇਹ ਵੀ ਹੈ, ਸਿੱਖਿਆ ਤੇ, ਹੁਣ ਇਹ ਚੋਂ ਸਿੱਖਿਆ ਲੈਣੀ ਕੀ ਹੈ? ਉੱਥੇ ਹੈ ਉਹ ਜਿਹੜਾ ਹੈਗਾ ਆਪਣਾ, ਤੁਸੀਂ ਦੇਖ ਇੱਧਰ ਲਵਾਇਆ ਗੌਤਮ ਨਾਰ, ਗੌਤਮ ਨਾਰ ਅਹਿਲਿਆ ਇਸਤਰੀ, ਅਹਿਲਿਆ ਤੁਸੀਂ ਦੇਖ ਅੰਦਰ ਲਵਾਇਆ, ਅਤੇ ਦੇਖ ਅੰਦਰ ਲਵਾਇਆ। ਹੁਣ ਤੁਸੀਂ ਅੰਦਰ ਬਣਨਾ, ਅਹਲਿਆ ਬਣਨਾ, ਗੌਤਮ ਬਣਨਾ, ਕੀ ਬਣਨਾ ਉੱਥੇ? ਕੀ ਬਣਨਾ? ਕਾਹਦੀ ਸਿੱਖਿਆ ਉੱਥੇ?